ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਐਕਟਿਵ ਹੁੰਦੀ ਨਜ਼ਰ ਆ ਰਹੀ ਹੈ। ਮੋਹਾਲੀ ਵਿੱਚ ਬੀਜੇਪੀ ਨੇ ਲੋਕਾਂ ਨੂੰ ਜੋੜਨ ਦੇ ਲਈ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਇਹ ਮੁਹਿੰਮ 1 ਸਤੰਬਰ ਤੱਕ ਚੱਲੇਗੀ। ਇਸ ਦੇ ਲਈ ਰਸਮੀ ਸ਼ੁਰੂਆਤ ਹੋਈ। ਇਸ ਮੌਕੇ ਤੇ ਭਾਜਪਾ ਦੇ ਕੌਮੀ ਨਾਇਬ ਪ੍ਰਧਾਨ ਲਕਸ਼ਮੀਕਾਂਤ, ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਹਾਜ਼ਰ ਰਹੇ। ਇਸ ਮੌਕੇ ਤੇ ਮੈਂਬਰਸ਼ਿਪ ਲੈਣ ਦੇ ਲਈ ਮਿਸਡ ਕਾਲ ਨੰਬਰ ਜਾਰੀ ਕੀਤਾ ਗਿਆ। ਇਸ ਮਿਸਡ ਕਾਲ ਨੰਬਰ ਦੇ ਉੱਤੇ ਲੋਕ ਮਿਸਡ ਕਾਲ ਕਰਕੇ ਮੈਂਬਰਸ਼ਿਪ ਲੈ ਸਕਣਗੇ। ਇਸ ਮੌਕੇ ਤੇ ਜਾਖੜ ਨੇ ਕਿਹਾ ਕਿ ਹਰ 6 ਸਾਲ ਤੋਂ ਬਾਅਦ ਬੀਜੇਪੀ ਆਪਣੇ ਮੈਂਬਰਸ਼ਿਪ ਦਾ ਅਭਿਆਨ ਸ਼ੁਰੂ ਕਰਦੀ ਹੈ। ਇਸੇ ਦੇ ਤਹਿਤ ਇਹ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਵਿੱਚ ਇਹ ਪ੍ਰੋਸੈਸ ਪੂਰਾ ਨਹੀਂ ਹੋ ਸਕਿਆ ਸੀਗਾ ਤੇ ਹੁਣ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਤੇ ਇਹਦੇ 18 ਕਰੋੜ ਮੈਂਬਰ ਨੇ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਹੋਰ ਵੱਡਾ ਕਰਨ ਦਾ ਟੀਚਾ ਹੁਣ ਪਾਰਟੀ ਨੇ ਰੱਖਿਆ ਹੈ। ਉਨ੍ਹਾਂ ਨੇ ਸਰਕਾਰ ਤੇ ਕਟਾਕਸ਼ ਕਰਦਿਆਂ ਹੋਇਆਂ ਕਿਹਾ ਕਿ ਸਰਕਾਰ ਦੇ ਖਿਲਾਫ ਸਾਰੇ ਵਿਰੋਧੀ ਧਿਰ ਮਿਲ ਚੁੱਕੇ ਨੇ ਤੇ ਪੰਜਾਬ ਦੇ ਲੋਕਾਂ ਦੇ ਆਵਾਜ਼ ਨੂੰ ਚੱਕਣ ਦਾ ਕੰਮ ਸਿਰਫ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਸਾਡਾ ਪਾਰਟੀ ਦਾ ਪੂਰਾ ਪ੍ਰਯਾਸ ਹੋਊਗਾ ਵੀ ਪੰਜਾਬ ਦਾ ਇਹਦੇ 'ਚ ਯੋਗਦਾਨ ਵੱਧ ਚੜ੍ਹ ਕੇ ਇਹਦੇ 'ਚ ਹੋਵੇ ਤੇ ਉਹਦੇ ਵਾਸਤੇ ਪੂਰੀ ਜਿਹੜੀ ਫਾਰਮੈਲਿਟੀਜ਼ ਹੈ ਉਹਨੂੰ ਕਰੀਏ, ਕਿਉਂਕਿ ਪੰਜਾਬ ਦੇ ਅੰਦਰ ਬੀਜੇਪੀ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਇੱਥੇ ਅਪੋਜੀਸ਼ਨ ਤੇ ਸਰਕਾਰ ਦੋਨੋਂ ਰਲੀਆਂ ਜੀ, ਤੇ ਇੱਥੇ ਪੰਜਾਬ ਦੀ ਗੱਲ ਚੱਕਣ ਵਾਸਤੇ ਇੱਕ ਮਜ਼ਬੂਤ ਪਾਰਟੀ ਦੀ ਅੱਜ ਪੰਜਾਬ ਨੂੰ ਬਹੁਤ ਲੋੜ ਹੈ। ਤੇ ਉਹ ਜਿਹੜੀ ਖਲਾ ਪੈਦਾ ਹੋਈ ਹੈ, ਜਿਹੜੀ ਇੱਕ ਕਮੀ ਹੈ ਅੱਜ ਪੰਜਾਬ ਦੇ ਪੋਲੀਟੀਕਲ ਸਿਸਟਮ ਦੇ ਅੰਦਰ, ਉਹ ਪੂਰੀ ਕਰਨ ਵਾਸਤੇ ਬੀਜੇਪੀ ਦਾ ਰੋਲ ਬੜਾ ਇੰਪੋਰਟੈਂਟ ਹੋ ਜਾਂਦਾ ਹੈ। ਉਸੇ ਮਹੱਤਤਾ ਨੂੰ ਦੇਖਦੇ ਹੋਏ ਸਾਰੇ ਸਦੱਸਿਆ ਲੋਕਾਂ ਨੂੰ ਇਸ ਗੱਲ ਤੇ ਸਾਰੇ ਸਹਿਮਤ ਸੀ ਕਿ ਆਪਾਂ ਤਗੜੇ ਹੋ ਕੇ ਕਰੀਏ ਜਾਂ ਪੰਜਾਬ ਦੀ ਜ਼ਿੰਮੇਵਾਰੀ। ਪੰਜਾਬ ਸੀਗਾ ਵੀ ਸਾਰਾ ਮਸਲਾ ਜਿਹੜਾ ਕੇਰ ਹੈ ਮੈਂਬਰਸ਼ਿਪ ਕੀਤੀ ਜਾਵੇ, ਲੋਕਾਂ ਚ ਜਦੋਂ ਜਾਓਗੇ ਸਾਰੀਆਂ ਗੱਲਾਂ ਆਣਗੀਆਂ ਉੱਥੇ ਬੈਠ ਕੇ ਲੋਕਾਂ ਨਾਲ ਸਾਰੇ।